ਲੋ ਜੀ ਹਰਮਨ ਪਿਆਰੇ ਨੇਤਾ ਸਾਡੇ ਫੂਲਕਾ ਸਾਹਿਬ ਜਿਨ੍ਹਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਪਹਿਲੋ ਤੇ ਸਨ 84 ਦੇ ਜਿਹੜੇ ਉਸ ਟਾਈਮ ਤੇ ਕਤਲਗਾਰਦ ਕੀਤੀ ਗਈ ਉਸ ਲਈ ਇਹਨਾਂ ਨੇ ਆਪਣਾ ਸਾਰਾ ਜੀਵਨ ਨਿਸ਼ਾਵਰ ਕੀਤਾ ਹੈ ਸੋ ਅਸੀਂ ਪਹਿਲਾਂ ਤੇ ਉਸ ਵਾਸਤੇ ਤੁਹਾਡੇ ਬਹੁਤ ਰਿਣੀ ਬਹੁਤ ਧੰਨਵਾਦੀ ਆ ਜੀ ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਆਮ ਆਦਮੀ ਪਾਰਟੀ ਦੇ ਅਸੀਂ ਕੈਂਡੀਡੇਟਸ ਨਾਲ ਗੱਲ ਕਰਦੇ ਆ ਤੇ ਬੜੇ ਇਹ ਵਧੀਆ ਤਰੀਕੇ ਨਾਲ ਗੱਲ ਕਰਦੇ ਹਨ ਤੇ ਜਦੋਂ ਅਸੀਂ ਪਹਿਲੇ ਰਹਿ ਚੁੱਕੇ ਨੇਤਾ ਜਿਹੜੇ ਹਨ ਉਹ ਤਲਖੀ ਦੇ ਵਿੱਚ ਆ ਜਾਂਦੇ ਹਨ ਤੁਸੀਂ ਪਹਿਲਾਂ ਵੀ ਵੇਖਿਆ ਹੈ ਕਿ ਕਾਫੀ ਤੁਹਾਨੂੰ ਵੀਡੀਓ ਮਿਲ ਚੁੱਕੀਆਂ ਹਨ ਜਿਨ੍ਹਾਂ ਦੇ ਵਿੱਚ ਤੂੰ ਤੂੰ ਮੈਂ ਮੈਂ ਤੱਕ ਗੱਲ ਕੌਣ ਜਾਂਦੀ ਹੈ ਸੋ ਇਹ ਇੱਕ ਨਵੇਂ ਨੇਤਾ ਹਨ ਆਸਰਾਦਿਆਂ ਕੇ ਫਿਊਚਰ ਵਿੱਚ ਇਦਾਂ ਦੇ ਹੀ ਰਹਿਣ ਤੇ ਚੰਗੀ ਗੱਲ ਆ ਉਹਨਾਂ ਲੀਡਰਾਂ ਵਾਂਗੂ ਨਾ ਕਿਤੇ ਹੋਣ ਆਸ ਨਹੀਂ ਰੱਖੀ ਜਾ ਹਦੀ ਇਹਨਾਂ ਦੇ ਕਿਉਂਕਿ ਗਰਾਊਂਡ ਨਾਲ ਜੁੜੇ ਹਨ ਫੁਲਕਾ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੀ ਰੈਲੀ ਜਿਹੜੀ ਸਾਈਕਲ ਬਾਈਕ ਰੈਲੀ ਕਿੱਦਾਂ ਰਹੀ ਜੀ ਬਹੁਤ ਵਧੀਆ ਰਹੀ ਐਨਾ ਉਤਸ਼ਾਹ ਜੀ ਸਾਰੇ ਵਲੰਟੀਅਰ ਦੇ ਵਿੱਚ ਐਨਾ ਜਿਆਦਾ ਉਤਸ਼ਾਹ ਤੇ ਅੱਗੇ ਜਾ ਕੇ ਜੋ ਦੇਖਿਆ ਸੀ ਬਾਜ਼ਾਰ ਚ ਗਏ ਸ਼ਹਿਰ ਦੇ ਵਿੱਚ ਗਏ ਜੀ ਪੜਾਉਤ ਸਾਲ ਲੋਕਾਂ ਦੇ ਵਿੱਚ ਅ ਫੂਲਕਾ ਸਾਹਿਬ ਦਿਨ ਰਹਿ ਗਏ 2 2 ਦਿਨਾਂ ਦੇ ਵਿੱਚ ਹੋਰ ਕਿਸ ਤਰੀਕੇ ਨਾਲ ਵੇਵ ਚੱਲੂਗੀ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਹੋਰ ਨਾਲ ਜੋੜਿਆ ਜਾਵੇ ਇਹ ਇਹ ਸਿਰਫ ਰੇਡ ਤੇ ਚੱਲ ਰਹੀ ਹੈ ਜੀ ਉੱਪਰ 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 ਅੱਛਾ ਜੀ ਹਾਂ ਤੁਸੀਂ ਅਗਲੇ 2 ਦਿਨ ਤਾਂ ਦੇਖਣਾ ਸਿਰੇ ਸਿਰੇ ਤੇ ਪਹੁੰਚੂਗੀ ਜੀ ਠੀਕ ਹੈ ਜੀ ਅ ਕੱਲ ਰਾਤ ਮੇਰੀ ਅਕਾਲੀ ਉਮੀਦਵਾਰ 417 ਦੇ ਨਾਲ ਗੱਲਬਾਤ ਸੀਗੀ ਤੇ ਉਹਨਾਂ ਨੇ ਕਿਹਾ ਕਿ ਫੂਲਕਾ ਸਾਹਿਬ 2.5 ਸਾਲ ਕਿਤੇ ਗਾਇਬ ਰਹੇ ਉਹਦਾ ਉੱਤਰ ਜਰੂਰ ਦਿਓ ਜੀ ਦੇਖੋ ਜੀ ਮੇਰਾ ਖਿਆਲ ਹੈ ਪਹਿਲਾ ਉਮੀਦਵਾਰ ਹੋਊਗਾ ਜੀ ਐਚਐਸ ਫੂਲਕਾ ਜਿਨੇ ਹਾਰਨ ਤੋਂ ਬਾਅਦ ਧਨਵਾਦੀ ਦੌਰੇ ਕੀਤੇ ਜੀ ਜੀ ਸਾਰੇ ਇਲਾਕੇ ਦੇ ਜੀ ਆ ਐਸੇ ਹੀ ਆ ਜਾਂਗਪੁਰ ਤੋਂ 2 ਕਿਲੋਮੀਟਰ ਲੰਬੀ ਸਾਈਕਲ ਨਾਲ ਹੀ ਨਿਕਾਲੀ ਹਾਂਜੀ ਉਹਨੂੰ ਕਹਦੇ ਤੂੰ ਅਜੇ 2 ਕਿਲੋਮੀਟਰ ਲੰਬਾ ਵੀ ਕਦੇ ਸਾਈਕਲ ਚਲਾਇਆ ਹੋਵੇ ਤਾਂ ਦੱਸ ਦੇ ਠੀਕ ਹੈ ਉਦੋਂ ਬਾਅਦ ਇੱਥੇ ਹਾਂਜੀ ਠੀਕ ਇੱਥੇ ਹੀ ਕਿਉਂਕਿ ਨਸ਼ੇ ਹਾਂ ਗੱਲ ਨਹੀਂ ਆਪਾਂ ਉੱਤਰ ਲੈ ਰਹੇ ਹਾਂ ਕਿਉਂਕਿ ਜਾਂਗਪੁਰ ਦਾ ਇਲਾਕਾ ਸੀ ਜੋ ਇਹ ਨਸ਼ਿਆਂ ਨਾਲ ਬੜਾ ਪ੍ਰਭਾਵਿਤ ਸੀ ਹੂੰ ਉਸ ਤੋਂ ਮਗਰੋਂ ਮੈਂ ਧਰਵਾਦੀ ਦੌਰੇ ਕਰਦੇ ਸਾਰੇ ਕਿੱਥੇ ਗਿਆ ਲੁਧਿਆਣੇ ਮੇਰਾ ਦਫ਼ਤਰ ਲਗਾਤਾਰ ਰਿਹਾ ਹਰ ਹਫ਼ਤੇ ਮੈਂ ਲੁਧਿਆਣੇ ਆਉਂਦਾ ਸੀ ਇੱਥੋਂ ਦੇ ਵਲੰਟੀਅਰਾਂ ਕੇ ਲਗਾਤਾਰ ਮੈਨੂੰ ਲੁਧਿਆਣੇ ਮਿਲਦੇ ਸੀ ਜੀ ਅਛਾ ਫੂਲਕਾ ਸਾਹਿਬ ਉਹ ਮੰਨੇ ਹਨ ਵੀਡੀਓ ਮੈਂ ਤੁਹਾਨੂੰ ਦਿਖਾਉਂਗਾ ਆਪਣੇ ਦਰਸ਼ਕਾਂ ਨੂੰ ਕਿ ਉਹ ਮੰਨੇ ਹਨ ਕਿ ਡਰੱਗ ਵੀ ਹੈ ਤੇ ਉਹਨਾਂ ਦੇ ਜਥੇਦਾਰ ਸੀਗੇ ਉਹਨਾਂ ਨੇ ਕੇਸ ਬਹੁਤ ਲੋਕਾਂ ਤੇ ਕਰਾਏ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਜਥੇਦਾਰ ਤੁਹਾਡੇ ਖੇਮੇ ਦੇ ਵਿੱਚ ਤੁਹਾਡੀ ਟੀਮ ਦੇ ਵਿੱਚ ਆ ਗਏ ਹਨ ਤੇ ਉਹਨਾਂ ਜਥੇਦਾਰਾਂ ਨਾਲ ਮੈਂ ਟੈਲੀਫੋਨ ਤੇ ਵੀ ਗੱਲਬਾਤ ਕੀਤੀ ਉਹਨਾਂ ਦੀ ਗੱਲਬਾਤ ਵੀ ਤੁਹਾਨੂੰ ਦਿਖਾਵਾਂਗੇ ਕਿ ਉਹ ਉਸ ਖੇਮੇ ਨੂੰ ਛੱਡ ਕੇ ਇਹਨਾਂ ਨਾਲ ਕਿਉਂ ਆਏ ਤਾਂ ਕਿ ਇਹ ਇੱਕ ਤਰਫੀ ਗੱਲ ਨਾ ਹੋਵੇ ਸੋ ਉਹ ਜਿਹੜੇ ਦੋ ਵਿਅਕਤੀ ਹਨ ਪੰਜਾਂ ਨੂੰ ਉਹਨਾਂ ਦੇ ਨਾਲ ਵੀ ਮੈਂ ਆਲਰੇਡੀ ਗੱਲ ਕਰ ਚੁੱਕਾ ਫੋਨ ਤੇ ਕਰੂੰਗਾ ਲੇਕਿਨ ਮੈਂ ਜਾਨਣਾ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਸਵਾਲ ਸੀਗਾ ਕਿ ਉਹ ਵਿਅਕਤੀ ਉਹ ਜਥੇਦਾਰ ਜਿਹੜੇ ਕਿ ਉਹਨਾਂ ਵੱਲੋਂ ਕਹਾ ਗਿਆ ਕਿ ਇਹਨਾਂ ਨੇ ਮਿਸਯੂਜ਼ ਕੀਤਾ ਸਿਸਟਮ ਨੂੰ ਉਹ ਤੁਹਾਡੇ ਨਾਲ ਆ ਰਹੇ ਹਨ ਕੋਈ ਇਸ ਬਾਰੇ ਗੱਲ ਦੱਸੋ ਨਾ ਜੇ ਉਹਦੇ ਆਪਣੇ ਕਰੰਦੇ ਉਹਨਾਂ ਨੇ ਮਿਸਯੂਜ਼ ਕੀਤਾ ਜ਼ਿੰਮੇਵਾਰ ਕੌਣ ਹੈ ਜਦੋਂ ਮੇਰੇ ਨਾਲ ਕੋਈ ਵੀ ਆਇਆ ਤੁਸੀਂ ਦੇਖਿਓ ਉਹਨਾਂ ਚੋਂ ਇੱਕ ਵੀ ਆਪਣੀ ਪੋਜੀਸ਼ਨ ਨੂੰ ਮਿਸਯੂਜ਼ ਕਰਕੇ ਦਿਖਾਵੇ ਇੱਕ ਵੀ ਝੂਠਾ ਪਰਚਾ ਹੋ ਜ਼ਿੰਮੇਵਾਰ ਤੇ ਮੇਰੀ ਹੈ ਨਾ ਹਾਂਜੀ ਜ਼ਿੰਮੇਵਾਰ ਤੁਸੀਂ ਤੇ ਇਹਦਾ ਮਤਲਬ ਉਹਨੇ ਮੰਨ ਲਿਆ ਹਾਂਜੀ ਉਹਨੇ ਮੰਨ ਲਿਆ ਕਿ ਉਹਦੇ ਆਪਣੇ ਕਰੰਦਿਆਂ ਨੇ ਝੂਠੇ ਪਰਚੇ ਕਰਾਇਆ ਹੋਰ ਇਦੋਂ ਵੱਡਾ ਫੇਲ ਹੋਰ ਕੀ ਹੋਏਗਾ ਜੀ 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 ਅੱਛਾ ਜੀ ਨੈਕਸਟ ਸਵਾਲ ਇਹ ਆ ਕਿ ਇੱਕ ਉਹਨਾਂ ਦਾ ਇਹ ਕਹਿਣਾ ਕਿ ਮੈਂ ਬਹੁਤ ਜ਼ਿਆਦਾ ਇੱਥੇ ਤਰੱਕੀ ਕੀਤੀ ਆ ਬਹੁਤ ਗਰਾਉਂਡਾਂ ਬਣਾਈਆਂ ਹਨ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕਿੰਨੀਆਂ ਕਿ ਗਰਾਉਂਡਾਂ ਜਿਹੜੀਆਂ ਰੀਲੀ ਬਣੀਆਂ ਦੇਖੋ ਪਹਿਲੀ ਗੱਲ ਤਾਂ ਜੇ ਤੁਸੀਂ ਵਿਕਾਸ ਕੀ ਹੁੰਦਾ ਹਾਂਜੀ ਤੁਸੀਂ ਇਹ ਸਾਡੇ ਨਾਲ ਹੁਣ ਜਾਂਦੇ ਨਾ ਜੀ ਅਮੁਲਾਪੁਰ ਸ਼ਹਿਰ ਦੀਆਂ ਗਲੀਆਂ ਦੇਖਦੇ ਉੱਥੇ ਕਿੰਨਾ ਬੁਰਾ ਹਾਲ ਆ ਜੀ ਮਲਕਿ ਉੱਥੇ ਸ਼ਹਿਰ ਦੀਆਂ ਗਲੀਆਂ ਨਾਲੀਆਂ ਦੇ ਕਿੰਨਾ ਬੁਰਾ ਹਾਲ ਹੈ ਜੀ ਵਿਕਾਸ ਦਾ ਮਤਲਬ ਕੀ ਹੁੰਦਾ ਜੀ ਵਿਕਾਸ ਦਾ ਮਤਲਬ ਹੁੰਦਾ ਗਰੀਬ ਤੋਂ ਗਰੀਬ ਨੂੰ ਜੋ ਬੇਸਿਕ ਉਸ ਗੋਦੀ ਨਸਸਟੀ ਹੈ ਉਹ ਦੇਣਾ ਜੀ ਉਹ ਹੁਣ ਇੱਥੇ ਸਭ ਤੋਂ ਜ਼ਿਆਦਾ ਮੌਤਾਂ ਨੈਸ਼ਨਲ ਤਾਂ ਹੋਈਆਂ ਹੀ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ ਕਾਲੀ ਪੀਲੀ ਦੇ ਨਾਲ ਵੀ ਹੋਈਆਂ ਕਿਉਂਕਿ ਪਾਣੀ ਇੰਨਾ ਪੋਲਿਊਟਡ ਹੈ ਤੁਸੀਂ ਡਰਿੰਕਿੰਗ ਵਾਟਰ ਹੀ ਸਾਫ਼ ਨਹੀਂ ਲੋਕਾਂ ਨੂੰ ਦੇ ਸਕਦੇ ਤਾਂ ਫਿਰ ਸਵੇਦਾ ਫਿਰ ਵਿਕਾਸ ਕਾਦਾ ਹੋਇਆ ਵਿਕਾਸ ਇਹਨਾਂ ਨੇ ਉਹ ਕੀਤਾ ਜਿਹੜਾ ਕਹਿਨੂ ਜਿੱਦੇ ਚ ਆਪਣੇ ਖਾਨ ਪੀਣ ਨੂੰ ਹਿੱਸਾ ਬੰਦਾ ਸੀ ਮਤਲਬ ਕਿ ਹੁਣ ਤੁਸੀਂ ਇੱਕ ਕਲ ਤਾਂ ਲੋ ਜੀ ਇੱਕ ਪਿੰਡ ਦਾ ਤੁਸੀਂ ਗਰਾਊਂਡ ਬਣਾਓ 80 ਲੱਖੋਂ ਦਾ ਕੀ ਮਤਲਬ ਹੋਇਆ ਤੁਸੀਂ ਕੋਈ 올림픽 ਦਾ ਸਟੇਡੀਅਮ ਬਣਾ ਰਹੇ ਹੋ ਹਾਂ ਇੱਕ ਪਿੰਡ ਦੇ ਗਰਾਊਂਡ ਚ 80 ਲੱਖ ਉਹ ਪੈਸਾ ਜਿਹੜਾ ਆਇਆ ਸੀ ਉਹ ਗਲੀਆਂ ਨਾਲੀਆਂ ਵਾਸਤੇ ਵੀ ਸੀ ਪਿੰਡ ਦੇ ਸਕੂਲ ਵਾਸਤੇ ਵੀ ਸੀ ਹਸਪਤਾਲ ਵਾਸਤੇ ਵੀ ਸੀ ਨਾਲੇ ਗਰਾਊਂਡ ਵਾਸਤੇ ਵੀ ਸੀ ਗਰਾਊਂਡ ਦੇ 10-15 ਲੱਖ ਤੋਂ ਬਾਅਦ ਕੀ ਲੱਗੂਗਾ ਜੀ 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 ਪਿੰਡ ਤੇ ਗਰਾਊਂਡ ਤੇ ਉਹ ਐਕਚੁਅਲ ਲੱਗਿਆ ਵੀ ਇਹ ਤੋਂ ਜ਼ਿਆਦਾ ਨਹੀਂ ਹੈ ਤੇ ਸਰ ਦਾ ਸਾਰਾ ਪੈਸਾ ਖਾ ਕੇ ਬਾਕੀ ਕੁਝ ਵੀ ਨਹੀਂ ਕੀਤਾ ਠੀਕ ਹੈ ਬਾਕੀ ਕੁਝ ਵੀ ਨਹੀਂ ਅੱਛਾ ਜੀ ਕੱਲ ਸਾਡੀ ਭੈਣੀ ਸਾਹਿਬ ਦੇ ਨਾਲ ਗੱਲਬਾਤ ਸੀ ਉਹਨਾਂ ਨੇ ਸਮਾਂ ਦੇਖ ਕੇ ਸਾਨੂੰ ਉਧਰ ਔੜ ਗਏ ਕਹਿੰਦੇ ਭਈ ਮੈਂ ਨਹੀਂ ਗੱਲ ਕਰਨੀ ਮੇਰੇ ਪਾਸ ਸਮਾਂ ਨਹੀਂਗਾ ਤੇ ਸਾਡੀ ਉਥੇ ਕਾਫੀ ਉਹਨਾਂ ਉਹਨਾਂ ਦੇ ਨਾਲ ਜਿਹੜੇ ਸਪੋਰਟਰਸ ਹਨ ਤੂੰ ਤੂੰ ਮੈਂ ਮੈਂ ਵੀ ਹੋ ਗਈ ਕਿਉਂਕਿ ਸਾਡੇ 3-4 ਘੰਟੇ ਖਰਾਬ ਕੀਤੇ ਤੁਸੀਂ ਸਾਨੂੰ ਸਮਾਂ ਦੇ ਕੇ ਉਸੇ ਵੇਲੇ ਕਿਹਾ ਕਿ ਦਫ਼ਤਰ ਜਾ ਕੇ ਆਪਾਂ ਗੱਲ ਕਰਦੇ ਪਿੱਲੋ ਤੇ ਇਸ ਵਾਸਤੇ ਥੈਂਕ ਯੂ ਜਿਹੜੇ ਤੁਹਾਡੇ ਨਾਲ ਵਰਕਰ ਹਨ ਉਹਨਾਂ ਦਾ ਬਿਹੇਵ ਲੋਕਾਂ ਪ੍ਰਤੀ ਕਿਸ ਤਰ੍ਹਾਂ ਦਾ ਜਿਸ ਤਰ੍ਹਾਂ ਕਿ ਭੈਣੀ ਸਾਹਿਬ ਦੇ ਵਰਕਰਾਂ ਦਾ ਬਿਹੇਵੀਅਰ ਬਹੁਤ ਮਾੜਾ ਕੱਲ ਅਸੀਂ ਵੇਖਿਆ ਤੁਹਾਡੇ ਵਰਕਰਸ ਦਾ ਕਿਸ ਤਰ੍ਹਾਂ ਦਾ ਬਿਹੇਵੀਅਰ ਹੈ ਇਹ ਪ੍ਰੂਫ ਦੇ ਨਾਲ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਪ੍ਰੂਫ ਤੁਹਾਨੂੰ ਦਿਖਾਉਂਗਾ ਵੀਡੀਓ ਦਿਖਾਉਂਗਾ ਤੁਸੀਂ ਮੇਰੀ ਫੇਸਬੁੱਕ ਤੇ ਜਾ ਕੇ ਵੇਖ ਸਕੋਗੇ ਸੋ ਮੈਂ ਐਵੇਂ ਗੱਲ ਨਹੀਂ ਕਰ ਰਿਹਾ ਇਹ ਦੇਖੋ ਜੀ ਕਾਂਗਰਸ ਕਾਂਗਰਸ ਵਾਲਿਆਂ ਦਾ ਤਾਂ ਕਾਂਗਰਸ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਸ਼ੁਰੂ ਤੋਂ ਆਪਣੇ ਆਪ ਨੂੰ ਰਾਜੇ ਸਮਝਦੇ ਆ। ਉਹਨਾਂ ਦਾ ਬਿਹੇਵੀਅਰ ਹੀ ਰਾਜਿਆਂ ਵਾਲਾ ਹੈ ਹਮੇਸ਼ਾ ਹੀ ਸਾਡੇ ਜਿਹੜੇ ਵਲੰਟੀਅਰ ਨੇ ਉਹ ਜਨਤਾ ਨੂੰ ਪਿਆਰ ਕਰਦੇ ਆ ਜਨਤਾ ਉਹਨਾਂ ਨੂੰ ਪਿਆਰ ਕਰਦੀ ਹੈ। ਔਰ ਸਾਡਾ ਇੱਕ ਇੱਕ ਵਲੰਟੀਅਰ ਆਪਣੇ ਖਰਚੇ ਤੇ ਆਉਂਦਾ। ਇਹ ਤਾਂ ਜਿਵੇਂ ਉਹ ਕਹਿੰਦੇ ਆ ਨਾ ਕਿ ਇੱਕ ਪਾਸੇ ਤਾਂ ਜਿ ਕਿਸੇ ਮਹਿਲ ਦੀ ਸਾਰੀ ਜਿੱਥੇ ਕੋੜੇ ਮਾਰ-ਮਾਰ ਕੇ ਮਾਰ-ਮਾਰ ਕੇ ਮਜ਼ਦੂਰਾਂ ਨੂੰ ਮਹਿਲ ਦੀ ਸਾਰੀ ਕਰਾਈ ਜਾਂਦੀ ਹੈ। ਦੂਜੇ ਪਾਸੇ ਭਾਈ ਕੋਈ ਧਾਰਮਿਕ ਸਥਾਨ ਜਿੱਥੇ ਲੋਕ ਆਪਣੇ ਆਪ ਆਉਂਦੇ ਆ ਆਪਣੇ ਆਪ ਆ ਕੇ ਕੰਮ ਕਰਦੇ ਆ ਜਿਵੇਂ ਕਾਰ ਸੇਵਾ ਹੋਵੇ ਉਹ ਵੀ ਕਰਦੇ ਆ ਤੇ ਇਹ ਤਾਂ ਅਸੀਂ ਇਹ ਮਹਿਲਾਂ ਨੂੰ ਇਹ ਜਿਵੇਂ ਰਾਜ ਨੂੰ ਇੱਕ ਬਣਾਉਂਦੇ ਆ ਹੁਣ ਤੱਕ ਸਿਆਸਤ ਇਹਨਾਂ ਨੇ ਮਹਿਲਾਂ ਨੂੰ ਬਣਾਈ ਆ ਉਹਨੂੰ ਅਸੀਂ ਧਾਰਮਿਕ ਸਥਾਨ ਵਾਂਗ ਬਣਾ ਰਹੇ ਆ ਤੇ ਧਾਰਮਿਕ ਸਥਾਨ ਵਾਂਗੂੰ ਇਹਨੂੰ ਚਲਾਵਾਂਗੇ ਜੀ ਇਸ ਵੇਲੇ ਆਪਣੇ ਜਦੋਂ ਇਹ ਫੇਸਬੁੱਕ ਤੇ ਪਹੁੰਚੇਗੀ ਟੀਵੀ ਤੇ ਰਨ ਹੋ ਜੂਗੀ ਬਹੁਤ ਸਾਰੇ ਐਨਆਰਆਈ ਬੈਠੇ ਵੇਟ ਕਰ ਰਹੇ ਹਨ ਜਦੋਂ ਅਸੀਂ ਡੇ ਟਾਈਮ ਤੇ ਫੇਸਬੁੱਕ ਦੇ ਨਾਲ ਜੁੜਦੇ ਹਾਂ ਤੇ ਲਗਾਤਾਰ ਲੋਕੀ ਜੁੜਦੇ ਹਨ ਸਾਡੇ ਨਾਲ ਉਹਨਾਂ ਨੂੰ ਇਹਨਾਂ ਦੋ ਦਿਨਾਂ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਕੀ ਕਰਨ ਉਹ ਉੱਥੇ ਬੈਠੇ ਹੋਏ ਦੇਖੋ ਗੱਲੇ ਆ ਜਿਆਦਾਤਰ ਤਾਂ ਇੱਥੇ ਆਈ ਵੀ ਆ ਹਾਂਜੀ ਆ ਤੁਰੇ ਫਿਰਦੇ ਆ ਮੇਰੇ ਨਾਲ ਸੈਕਟਰੀ ਅਲਿਸ ਵੀ ਘੁੰਮ ਘੁੰਮਦੇ ਆ ਰੋਜ਼ ਰੋਜ਼ ਮੇਰੇ ਨਾਲ ਤੁਰੇ ਫਿਰਦੇ ਆ ਹਾਂਜੀ ਉਹ ਉਹ ਤਾਂ ਗਰਾਊਂਡ ਲੈਵਲ ਦੇ ਉੱਤੇ ਕਰ ਰਿਹਾ ਜਿਹੜੇ ਉੱਥੇ ਬੈਠੇ ਆ ਭਾਈ ਜੋਰ ਲਾਓ ਹੋਰ ਟੈਲੀਫੋਨ ਕਰੋ ਜਿਹੜੇ ਰਿਸ਼ਤੇਦਾਰਾਂ ਨੂੰ ਕਰੋ ਉਹਨਾਂ ਨੂੰ ਸਮਝਾਓ ਉੱਥੇ ਬੈਠ ਕੇ ਤੁਸੀਂ ਉਹ ਕਰ ਸਕਦੇ ਹੋ ਅੱਛਾ ਅ ਇਸ ਤੋਂ ਬਾਅਦ ਜਦੋਂ ਮੰਨ ਲਵੋ ਕਿ ਤੁਹਾਡੀ ਜਿੱਤ ਹੁੰਦੀ ਆ ਪਰਮਾਤਮਾ ਕਰੇ ਤੁਹਾਡੀ ਸਰਕਾਰ ਬਣੇ ਸਾਡੀਆਂ ਇਹੋ ਵਿਸ਼ੇਸ ਹਨ ਇਹੋ ਹੀ ਅਸੀਂ ਕਹਿ ਸਕਦੇ ਆ ਕੋਈ ਅਸੀਂ ਕਿਸੇ ਨੂੰ ਅਜਿਆ ਤੇ ਨਹੀਂ ਕਹਿ ਸਕਦੇ ਕਿ ਤੁਹਾਡੀ ਹਾਰ ਹੋਵੇ ਚੰਗਾ ਹੋਵੇ ਬਹੁਤ ਚੰਗੀ ਗੱਲ ਆ ਲਓ ਜੀ ਗੱਡੀ ਜਾ ਰਹੀ ਆ ਤੇ ਗੱਡੀ ਦੇ ਵਿੱਚ ਆਮ ਹੀ ਲੋਕੀ ਨਾਰੇ ਲਾਉਂਦੇ ਜਾ ਰਹੇ ਆ ਸੋ ਇਹਦੇ ਤੋਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੇਵ ਹੈ ਇਹ ਜਿਹੜੇ ਲੋਕ ਹਨ ਇਹ ਕਾਂਗਰਸ ਵੱਲੋਂ ਟੁੱਟ ਕੇ ਜਿਆਦਾ ਆਇਆ ਨੇ ਜਾਂ ਕਾਲੀਆਂ ਵੱਲੋਂ ਤੁਸੀਂ ਦੱਸੋ ਜੀ ਕਿਹਨਾਂ ਵੱਲੋਂ ਆਏ ਤੁਸੀਂ ਇੱਕ ਇੱਕ ਹਾਂਜੀ ਦੁਨਾਂ ਪਾਸੇ ਤੋਂ ਆਏ ਇੱਕ ਮਿੰਟ ਜੀ ਹਾਂਜੀ ਦੁਨਾਂ ਪਾਸੇ ਤੋਂ ਆਏ ਆ ਤੇ ਜਿਹੜੇ ਪਹਿਲਾਂ ਦਬਕਾਏ ਹੋਏ ਸੀ ਲੋਕ ਡਰਾਉਂਦੇ ਆ ਦਬਕੇ ਮਾਰਦੇ ਆ ਤੇ ਜਿਹੜੇ ਜਿਹੜੇ ਕਈ ਇਹੋ ਜਿਹੇ ਵੀ ਆਏ ਆ ਜਿਹੜੇ ਕਿਸੇ ਪਾਰਟੀ 'ਚ ਨਹੀਂ ਸਮਾਜ ਸੇਵਾ ਵਿੱਚ ਸੀ ਅੱਛਾ ਉਹ ਵੀ ਆਏ ਆ ਅੱਛਾ ਜੀ ਤੇ ਦੂਜੀਆਂ ਪਾਰਟੀਆਂ ਤੋਂ ਵੀ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋ ਅੱਛਾ ਜੀ ਵਾਹੋ ਜੀ ਅੱਛਾ ਫੂਲਕਾ ਸਾਹਿਬ ਹਾਂਜੀ 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 ਤੁਸੀਂ ਕਿ ਨੌਜਵਾਨ ਹੋ ਤੁਸੀਂ ਕਿ ਅਸੀਂ 2014 2014 ਦੇ ਵਿੱਚ ਪਹਿਲੀ ਵਾਰੀ VOTING ਕੀਤੀ ਸੀਗੀ 18 ਸਾਲਾਂ ਤੋਂ ਬਾਅਦ ਉਹ ਵੀ ਅਸੀਂ ਝਾੜੂ ਦੇ ਨਿਸ਼ਾਨ ਤੇ ਵੋਟ ਪਾ ਕੇ ਫੂਲਕਾ ਸਾਹਿਬ ਜੀ ਨੂੰ ਜਿੱਤ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਹੀਂ ਹੋਈ ਜਿਹਦੇ ਕਰਕੇ ਅਸੀਂ ਕੁਝ ਕੁ ਵੋਟਾਂ ਦੁਹਾਰ ਗਏ ਪਰ ਇਸ ਵਾਰੀ ਸਾਰੇ ਵਲੰਟੀਅਰ ਮੇਰੇ ਵੀਰ ਤੇ ਮੇਰੇ ਵਾਰਡ ਦੇ ਜਿੰਨੇ ਵੀ ਸ਼ਹਿਰ ਦੇ ਲੋਕ ਆ ਪੂਰਾ ਜੋਰ ਲਗਾ ਰਹੇ ਆ ਕਿ ਅਸੀਂ ਇਸ ਵਾਰ ਫੂਲਕਾ ਜੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਜ਼ਰੂਰ ਬਿਠਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਹਾਂ ਜਿੰਦਾਬਾਦ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਣੇ 32% ਉਹ ਐਸਸੀ ਆਨ ਜਿਹੜੇ ਕਿ ਚੁੱਪ ਕਰਕੇ ਬੈਠੇ ਹਨ ਨਾ 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 ਇਹ ਇੱਕ ਮਿੰਟ ਜੀ 15% ਉਹ ਲੋਕ ਜਿਹੜੇ ਬਿਲੋ ਪਾਵਰਟੀ ਲਾਈਨ ਉਹ ਚੁੱਪ ਕਰਕੇ ਬੈਠੇ ਹਨ ਉਹ ਡਰੇ ਸਹਮੇ ਕਿਸੇ ਨਾਲ ਤੁਰ ਨਹੀਂ ਰਹੇ ਉਹਦੀ ਉਹਨਾਂ ਦੇ ਘਰਾਂ ਤੇ ਝੰਡੀਆਂ ਦੋ ਦੋ ਤਿੰਨ ਤਿੰਨ ਲੱਗੀਆਂ ਹਨ ਉਹਦਾ ਕਾਰਨ ਤੁਸੀਂ ਕੀ ਸਮਝਦੇ ਹੋ ਜੇ ਹੈ ਜਾਂ ਨਹੀਂ ਹੈ ਅਜਾ ਫਿਗਰ ਪਹਿਲੀ ਪਹਿਲੀ ਗੱਲ ਤਾਂ ਉਹਨਾਂ ਚੋਂ ਬਹੁਤ ਜ਼ਿਆਦਾ ਤਦਾਦ ਉਹ ਆਮ ਆਦਮੀ ਪਾਰਟੀ ਨਾਲ ਝਾੜੂ ਦੇ ਨਾਲ ਬਹੁਤ ਜ਼ਿਆਦਾ ਤਦਾਦ ਲੇਕਿਨ ਚੁੱਪ ਆ ਉਹ ਚੁੱਪ ਨਹੀਂ ਬੜੇ ਸਾਡੇ ਨਾਲ ਆ ਹਾਂਜੀ ਡਰ ਦੇ ਮਾਰੇ ਜੁੱਪਨੇ ਡਰਦੇ ਕਿਹਨਾਂ ਤੋਂ ਕਾਲੀਆਂ ਤੋਂ ਕਾਲੀਆਂ ਤੋਂ ਉਹਨਾਂ ਦਾ ਤੇ ਹੁਣ ਰਾਜ ਖਤਮਾ ਲੱਗ ਪਿਆ ਨਹੀਂ ਜੀ ਦਬਕੇ ਮਾਰਦੇ ਉਹਨਾਂ ਦੇ ਵਿੱਚ ਕੋਈ ਪਿੰਡਾਂ ਚ ਜਾ ਕੇ ਹੁਣ ਛੱਕੇ ਵੇ ਇੱਕ ਇੱਕ ਮਿੰਟ ਇੱਕ ਮਿੰਟ ਹੁਣੇ ਸਾਰੇ ਛੱਕੇ ਵੇ ਆਏ ਆ ਹਾਂਜੀ ਐਨੀ ਧੁੱਪ ਦੇ ਚੈਨੀਜ਼ ਉਰ ਸਾਈਕਲ ਚਲਾ ਕੇ ਪਾਣੀ ਵੀ ਨਹੀਂ ਪੀਤਾ ਨਾਲ ਨਾਲ ਆ ਜਾਓ ਨਾਲ ਨਾਲ ਪਾਣੀ ਪੀ ਲਿਏ ਥੈਂਕ ਯੂ ਜੀ ਕੈਮਰੇ ਵਾਲੇ ਨੂੰ ਅੱਗੇ ਕਰ ਲਈ ਅੱਛਾ ਫੁਲਕਾ ਸਾਹਿਬ ਕਈ ਸਵਾਲ ਇਹੋ ਜਿਹੇ ਹੁੰਦੇ ਹਨ ਕਈ ਸਵਾਲ ਇਹੋ ਜਿਹੇ ਹੁੰਦੇ ਜਿਹੜੇ ਸਮੇਂ ਤੋਂ ਪਹਿਲਾਂ ਠੀਕ ਨਹੀਂ ਹੁੰਦੇ ਮੇਰਾ ਤੁਸੀਂ ਮਤਲਬ ਸਮਝ ਗਏ ਹੋਵੋਗੇ ਆ ਆਮ ਆਦਮੀ ਪਾਰਟੀ ਨੇ ਜਦੋਂ ਮੁੱਖ ਮੰਤਰੀ ਚੁਣਨਾ ਹੈ ਉਹਦਾ ਕੀ ਵਿਧੀ ਵਿਦਾਂਤ ਕੀ ਹੋਵੇਗਾ ਦੇਖੋ ਜੀ ਚੁਣਨਗੇ ਤਾਂ ਪੰਜਾਬ ਦੇ ਲੋਕ ਅੱਛਾ ਜੀ ਆਪਣੇ ਰਿਪਰੈਜ਼ੈਂਟੇਟਿਵ ਦੇ ਥਰੂ ਅੱਛਾ ਜੀ ਕਿ ਪੰਜਾਬ ਦੇ ਲੋਕ ਜਿਹੜੇ ਐਮਐਲਏ ਨੂੰ ਤਾਂ ਕਿ ਭੇਜਣਗੇ ਹਾਂਜੀ ਉਹ ਐਮਐਲਏ ਚੁਣਨਗੇ ਹਾਂ ਉਹਦੇ ਉਹਦਾ ਇਹ ਹੋਏਗਾ ਕਿ ਉਹ ਹੋਏਗਾ ਜਿਹੜਾ ਲੋਕਾਂ ਨੂੰ ਪਿਆਰ ਕਰਦਾ ਉਹ ਹੋਏਗਾ ਜੋ ਬਿਲਕੁਲ ਪ੍ਰਸ਼ਾਚਾਰ ਨਹੀਂ ਕਰਦਾ ਉਹ ਹੋਏਗਾ ਜਿਹੜਾ ਲੋਕਾਂ ਦੇ ਦਰਦ ਨੂੰ ਆਪਣਾ ਦਰ ਸਮਝਦਾ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਕੇਜਰੀਵਾਲ ਸਾਹਿਬ ਜਿੰਨੂੰ ਥੋਪ ਦੇਣਗੇ ਉਹ ਮੁੱਖ ਮੰਤਰੀ ਬਣੂਗਾ ਐਸੀ ਕੋਈ ਗੱਲ ਨਹੀਂ ਹੈ ਜੀ ਬਿਲਕੁਲ ਨਹੀਂ ਹੈ ਠੀਕ ਹੈ ਜੀ ਅੱਛਾ ਪਹਿਲਾ ਕਦਮ ਸਭ ਤੋਂ ਪਹਿਲਾ ਕਦਮ ਕੀ ਕੀਤਾ ਜਾਊਗਾ ਆਮ ਲੋਕਾਂ ਵਾਸਤੇ ਆਪਾਂ ਆਪੋਜੀਸ਼ਨ ਦੇ ਆਪਾਂ ਉਹ ਵੀ ਕਰਾਂਗੇ ਜੋ ਵੀ ਕਰਾਂਗੇ ਇਕੱਠੇ ਕਰਾਂਗੇ ਨਸ਼ਿਆਂ ਦਾ ਹੋਇਆ ਪ੍ਰਸ਼ਾਚਾਰ ਦਾ ਹੋਇਆ ਐਡਮਿਨਿਸਟ੍ਰੇਟਿਵ ਸਿਸਟਮ ਰਿਸਟੋਰ ਕਰਨਾ ਹੋਇਆ ਜੋ ਉਹਨਾਂ ਨੇ ਕਲੈਪਸ ਕੀਤਾ ਵਾ ਹਾਂਜੀ ਹਾਂਜੀ education health ਇਕੱਠੇ ਕਰਾਂਗੇ اچھا ਇੱਕ ਬਹੁਤ ਵੱਡਾ ਗਰੁੱਪ ਹੈ ਜਿਹੜਾ ਕਿ ਜ਼ਿਲਾਂ ਦੇ ਅੰਦਰ ਹੈ ਉਹ ਬੱਚੇ ਜਿਨ੍ਹਾਂ ਦੇ ਥੋੜੀ ਥੋੜੀ ਸਮੈਕ ਪਾ ਕੇ ਅੰਦਰ ਕੀਤਾ ਹੈ ਜਿਹੜੇ ਹੋਲ ਸੇਲਰ ਹਨ ਉਹ ਤੇ ਉਦਾਂ ਹੀ ਬੈਠੇ ਹਨ ਉਹ ਜਿਹੜੀ ਵੱਡੀ ਗਿਣਤੀ ਹੈ ਬੱਚਿਆਂ ਦੀ ਜਿਨ੍ਹਾਂ ਨੂੰ ਉਹਨਾਂ ਦੇ ਕੇਸ ਰਿਵਿਊ ਕਿਤੇ ਜਾਣਗੇ ਰਿਵਿਊ ਕਿਤੇ ਜਾਣਗੇ ਓਕੇ ਜੀ ਉਹਨਾਂ ਦੇ ਵੀ ਰਿਵਿਊ ਹੋਣਗੇ ਸੋ ਮਤਲਬ ਕਿ ਜਿਹੜਾ ਕੁਝ ਵੀ ਸਿਸਟਮ ਆਲਰੇਡੀ ਚੱਲ ਰਿਹਾ ਹੈ ਉਸ ਨੂੰ ਸਾਰਾ ਰਿਵਾਈਜ਼ ਕੀਤਾ ਜਾਊਗਾ ਜਿਹੜੇ ਉਹਨਾਂ ਤੇ ਆ ਉਹ ਵੀ ਰਿਵਿਊ ਕਿਤੇ ਜਾਣਗੇ ਰਿਵਿਊ ਕਰਕੇ ਕਿਉਂਕਿ ਲੋ ਐਗਜ਼ੈਪਟ ਕਰਦਾ ਜਿਹੜੇ ਕਿ ਸਮਾਲ ਕਵਾਂਟੀਟੀ ਜਿਹਨੇ ਆਪ ਲੈਣ ਲਈ ਕੀਤੀ ਆ ਉਹਨੂੰ ਉਹਦੇ ਵਾਸਤੇ ਲੋ ਬੜਾ ਲਿੰਟਾ ਉਹਨਾਂ ਦੀ ਇਲਾਜ ਕਰਾਇਆ ਜਾਏਗਾ ਨਾ ਕਿ ਉਹਨਾਂ ਜੇਲਾ ਵਿੱਚ ਰੱਖਿਆ ਜਾਏਗਾ ਤੇ ਜਿਹੜੇ ਵੇਚਣ ਵਾਲੇ ਉਹਨਾਂ ਜੇਲਾ ਵਿੱਚ ਕੀਤਾ ਜਾਊਗਾ ਦੂਜੇ ਜਿਹਨੇ ਝੂਠੇ ਪਰਚੇ ਕਰਾਏ ਆ ਉਹ ਉਹ ਵੀ ਵਾਪਸ ਲਵਾਗੇ ਕਮਿਸ਼ਨ ਬਣਾਵਾਂਗੇ ਕਮਿਸ਼ਨ ਲੈ ਕੇ ਉਹ ਵੀ ਵਾਪਸ ਲਵਾਵਾਂਗੇ ਐਨਆਰਆਈਆਂ ਨੂੰ ਦਬਕੇ ਮਾਰੇ ਜਾ ਰਹੇ ਹਨ ਦੂਜੀਆਂ ਪਾਰਟੀਆਂ ਵੱਲੋਂ ਕਿਦਾਂ ਤੁਸੀਂ ਉਹਨਾਂ ਨੂੰ ਸ਼ੋਰਕ ਇਨਸ਼ੋਰ ਕਰਦੇ ਹੋ ਕਿ ਜੇਕਰ ਕੋਈ ਅਜਿਹੀ ਗੱਲਬਾਤ ਹੁੰਦੀ ਹੈ ਕਿ ਸਰਕਾਰ ਆਪ ਪਾਰਟੀ ਦੀ ਨਹੀਂ ਬਣਦੀ ਉਹਨਾਂ ਨੂੰ ਕਿੱਦਾਂ ਸੇਵ ਕੀਤਾ ਜਾਊਗਾ ਐਗਜ਼ਿਸਟਿੰਗ ਸਰਕਾਰ ਕੋਲੋ ਦੇਖੋ ਗੱਲ ਹੈ ਪਹਿਲੇ ਜਿਵੇਂ ਜਿਆਮਾਦ ਪਾਰਟੀ ਸਰਕਾਰ ਨਹੀਂ ਬਣਦੀ ਅੱਜ ਅੱਜ ਹੁਣ ਤਾਂ ਜੇ ਉਡਾਈ ਨਹੀਂ ਜੀ ਆਪਾਂ ਮੰਨ ਲਵੋ ਹਾਂ ਜੀ ਮੰਨ ਲਵੋ ਲੋਕਾਂ ਨੇ ਜੇ ਉਡਾਈ ਦਿੱਤੀ ਉਹਨਾਂ ਨਾਲ ਖੜੇ ਹਾਂ ਜੀ ਪੂਰਾ ਠੋਕੇ ਨਾਲ ਖੜਾਂਗੇ ਠੀਕ ਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਇੰਨਾ ਸਾਨੂੰ ਇਹਨਾਂ ਦੇ ਮਾਨ ਹੈ ਔਰ ਆਮ ਆਦਮੀ ਪਾਰਟੀ ਕੋਲੋਂ ਆਪਾਂ ਨੂੰ ਇਹੋ ਗਰੰਟੀ ਹੈ ਕਿ ਜੇਕਰ ਕੱਲ ਨੂੰ ਕੋਈ ਹੁੰਦਾ ਹੈ ਅਜਿਹਾ ਕੋਈ ਨਾ ਕੋਈ ਨੇਰੀ ਝੁੱਲਦੀ ਆ ਤੇ ਇਹ ਨਾਲ ਖਲੋਤੇ ਹੋਣਗੇ ਸੋ ਤਕੜਿਓ ਕਿ ਤੁਸੀਂ ਆਪਣੇ ਆਧਾਰ ਤੇ ਜਿਸ ਦੀ ਸਪੋਰਟ ਕਰਨੀ ਚਾਹੁੰਦੇ ਹੋ ਕਰੋ ਲੇਕਿਨ ਇਹ ਜ਼ਰੂਰ ਧਿਆਨ ਕਰਨਾ ਕਿ ਇੱਥੇ ਲੋਕਤੰਤਰ ਹੈ ਲੋਕਤੰਤਰ ਦੀ ਤਰ੍ਹਾਂ ਚੱਲੇ ਜੋ ਪਹਿਲਾ 70 ਸਾਲ ਦਾ ਸਮਾਜ ਜਿਹੜਾ ਕਿ ਇਸ ਵੇਲੇ ਬਹੁਤ ਡਿਸਟਰਬ ਹੋ ਚੁੱਕਾ ਹੈ ਆਸ ਇਹੋ ਹੀ ਆ ਕਿ ਨਵੀਂ ਆਈ ਹੋਈ ਪਾਰਟੀ ਤੋਂ ਕੁਝ ਨਾ ਕੁਝ ਵਧੀਆ ਦਿਖ ਮਿਲੇ ਧੰਨਵਾਦ ਜੀ ਪਾਰਟੀ ਜਿੰਦਾਬਾਦ ਕੈਨੇਡਾ ਤੋਂ ਆਏ ਹੋਏ ਸੱਜਣਾ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਬਹੁਤ ਵਧੀਆ ਮੈਂ ਜਾਨਣਾ ਚਾਹੁੰਗਾ ਕਿ ਕਿਸ ਤਰ੍ਹਾਂ ਤੁਹਾਡਾ ਇੱਥੇ ਫੇਰਾ ਬਹੁਤ ਵਧੀਆ ਜੀ ਫੇਰਾ ਬਹੁਤ ਵਧੀਆ ਇਲੈਕਸ਼ਨ ਕਵਰ ਕਰਾਉਣਾ ਹੈ ਜਾਂ ਵੈਸੇ ਹੀ ਵੈਸੇ ਹੀ ਆਏ ਸੀਗੇ ਜੀ ਪਤਾ ਲੱਗਿਆ ਵੀ ਇਲੈਕਸ਼ਨ ਚੱਲਦੀ ਆ ਤੇ ਇਲੈਕਸ਼ਨ ਦੇ ਵਿੱਚ ਠੀਕ ਹੈ ਤੇ ਫੂਲਕਾ ਸਾਹਿਬ ਦੇ ਆ ਗਏ ਇੱਥੇ ਕਿਹੜਾ ਨਗਰ ਆਪ ਜੀ ਦਾ ਆਪਣਾ ਮੇਰਾ ਸਦਮਾ ਬੇਟਾ ਜੀ ਅੱਛਾ ਸਦਮਾ ਬੇਟਾ ਜੀ ਉਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਹਵਾ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਕੋਲਡ ਪੂਲ ਕਾਪੀਟ ਦੇ ਵਿੱਚ ਠੀਕ ਆ ਜੀ ਔਰ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਹੈ ਸ਼ਹਿਰਾਂ ਜ ਵੀ ਬਹੁਤ ਵਧੀਆ ਮਾਹੌਲ ਆ ਜੀ ਇੱਦਾਂ ਕਿਹੜੇ ਕਾਂਦੀ ਦਾ ਜ਼ੀਰੋ ਹੈ ਜੀ ਇਸ ਟਾਈਮ ਇਹਨਾਂ ਨੇ ਬਹੁਤ ਛੋਟੇ ਚਿੱਟੇ ਦਾ ਕੰਮ ਕੀਤਾ ਭ੍ਰਸ਼ਟਾਚਾਰ ਫਲਾਇਆ ਬਹੁਤ ਹੀ ਜਿਹੜਾ ਉਹ ਕਬਜ਼ੇ ਵਾਲੇ ਹੋਰ ਜੋ ਵੀ ਕੰਮ ਆ ਝੂਠੇ ਪਰਚੇ ਇੰਨੇ ਮਾੜੇ ਕੰਮ ਕੀਤਾ ਜੇ ਬੰਦੇ ਸੋਚ ਵੀ ਨਹੀਂ ਸਕਦਾ ਸਾਡਾ ਪੀੜਾ ਰੰਗ ਆ ਛੰਡੀ ਲੱਗੀ ਹੋਈ ਆ ਇਹ ਬੇਅਦਬੀ ਹੁੰਦੀ ਆ ਨਾਲੀਆਂ ਜਿਹੜੀਆਂ ਪਾਈਆਂ ਨੇ ਕਈ ਮੈਂ ਆਪ ਖੁਦ ਦੇਖਿਆ ਨੇ ਇਹ ਜਿਹੜੀ ਤੋਂ ਨਿਸ਼ਾਨ ਦੇ ਨਾਲ ਇਹ ਝੰਡੀ ਲੈ ਕੇ ਪੀੜੀ ਚੱਲਦੇ ਆ ਇਹ ਬੰਦ ਹੋਣੀ ਚਾਹੀਦੀ ਆ ਗਾਂ ਵਾਸਤੇ ਸੋ ਤੁਹਾਡੇ ਕਹਿੰਦਾ ਭਾਵ ਕਿ ਜਿਹੜਾ ਸਰੋਪੇ ਦਾ ਰੰਗ ਉਹੋ ਹੀ ਆ ਤੇ ਉਸ ਨੂੰ ਐਜ਼ ਅ ਸਰੋਪਾ ਤੌਰ ਤੇ ਤੁਸੀਂ ਮੰਨਦੇ ਹੋ ਬਿਲਕੁਕੁਲ ਜੀ ਮੰਨਦੇ ਆ ਉਸ ਝੰਡੀ ਨੂੰ ਹਾਂ ਬਿਲਕੁਲ ਮੰਨਦੇ ਆ ਸੋ ਖਾਲਸੇ ਦਾ ਇਹ ਇੱਕ ਰੰਗ ਹੈ ਸੋ ਇਸ ਰੰਗ ਨੂੰ ਗਲੀਆਂ ਨਾਲੀਆਂ ਕਿੰਨੀ ਸੁਣਨਾ ਚਾਹੀਦਾ ਬੇਅਦਭੀਆ ਬਹੁਤ ਵਧੀਆ ਪੁਆਇੰਟ ਹੈ ਜੀ ਕਦੀ ਮੈਨੂੰ ਨਹੀਂ ਆਪਦਾ ਕਿਸੇ ਨੇ ਨੋਟ ਕੀਤਾ ਹੋਵੇਗਾ ਬਜ਼ੁਰਗੋ ਇਹ ਤੁਹਾਡਾ ਪੁਆਇੰਟ ਕਿੱਦਾਂ ਤੁਹਾਡੇ ਮਨ ਵਿੱਚ ਆਇਆ ਅੱਖੀਂ ਦੇਖਿਆ ਜੀ ਮੇਰੇ ਮਨ ਵਿੱਚ ਆਇਆ ਨਹੀਂ ਮਨ ਵਿੱਚ ਕਿੱਦਾਂ ਆਇਆ ਬਿਆਦਮੀ ਹੋ ਰਹੀ ਆ ਪੈਰਾ ਥੱਲੇ ਆਉਂਦਾ ਹੋ ਗੰਦੇ ਥਾਂ ਪਿਆ ਨਾਲੀ 'ਚ ਹੂੰ ਸੋ ਉਹ ਕਹਿੰਦੇ ਆ ਕਿ ਸਾਡਾ ਰੰਗ ਆ ਹੈ ਸਾਡੀ ਝੰਡੀ ਆ ਇਹਦਾ ਕੋਈ ਵੀ ਤੁੰਗ ਆ ਝੰਡੀ ਆ ਆਪਦੀ ਆਪ ਹੋਰ ਬਦਲੀ ਕਰ ਲੈਣਾ ਅੱਛਾ ਜੀ ਮੇਰੇ ਤੇ ਪਰਚਾ 452 ਦਾ ਕਰਵਾਇਆ ਕਾਹਦੇ ਤੇ ਕਿਉਂ ਬਸ ਪੈਸੇ ਦੇ ਕੇ ਅੱਛਾ ਕਿਹੜੀ ਗੱਲ ਪਰਚਾ ਕਰਾਇਆ ਮੇਰੇ ਪਿਓ ਨੇ ਜੀ ਜਿਆਦਾ ਤੁਹਾਨੂੰ ਵੰਡ ਕੇ ਦਿੱਤੀ ਸੀ ਘਰ ਮਕਾਨ ਅੱਛਾ ਜੀ ਜਿਹੜੇ ਮੇਰੇ ਛੋਟੇ ਭਰਾ ਨੇ ਕਿਹਾ ਵੀ ਮੈਨੂੰ ਐਂ ਵੰਡ ਕੇ ਦਿਓ ਉਵੇਂ ਦਿੱਤੀ ਗਈ ਅੱਛਾ ਜੀ ਪਿੰਡ ਵਾਲਿਆਂ ਨੂੰ ਇਹ ਚੀਜ਼ ਪੁੱਛ ਸਕਦੇ ਹੋ ਮੈਂ ਦਾਅਵੇ ਨਾ ਕਹਿਣਾ ਮੇਰਾ ਕਾਲ ਵੱਢ ਦਿਓ ਜੇ ਕੋਈ ਉਹਦੇ 'ਚ ਸ਼ੱਕ ਵਾਲੀ ਗੱਲ ਹੋਵੇ ਜੀ 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 ਇਹਨਾਂ ਨੇ ਝੂਠਾ ਪਰਚਾ ਪਵਾਇਆ 452 ਮੇਰੇ ਤੇ ਕੇਸ ਚੱਲਿਆ 10 ਸਾਲ ਚੱਲਦਾ ਰਿਹਾ 2000 ਦਾ ਚੱਲ ਕੇ 10000 ਦੇ ਵਿੱਚ ਮੇਰੇ ਲੜਕੇ ਦੀ ਗੱਡੀ ਦੀ ਬੈਲਟੀ ਸੀ ਉਹਦੀ ਬیلਤੀ ਪੇਸ਼ ਕੀਤੀ ਕੋਰਟ ਤੋਂ ਕੱਢੀ ਗਈ ਕਿਹੜੀ ਪਾਰਟੀ ਨੇ ਪਵਾਇਆ ਸੀਗਾ ਤੁਹਾਡੇ ਤੇ ਅਕਾਲੀਆਂ ਨੇ ਪਵਾਇਆ ਸੀਗਾ ਜੀ ਅੱਛਾ ਅਕਾਲੀਆਂ ਨੇ ਪਵਾਇਆ ਸੀ ਕਿੰਨੇ ਕ ਤੁਹਾਡੇ ਇਲਾਕੇ ਚ ਕੇਸ ਅਜੇ ਪਵਾਏ ਗਏ ਆ ਵੀ ਦੇਖੋ ਜੀ ਮੈਂ ਅਨਪੜ੍ਹ ਬੰਦਾ ਪਹਿਲਾਂ ਫੌਜੀ ਸੀਗਾ ਮੈਨੂੰ ਇਹ ਚੀਜ਼ ਨਹੀਂ ਪਤਾ ਯਾਨੀ ਮੇਰੇ ਤੇ ਤਾਂ ਇਹਨਾਂ ਨੇ ਦੋ ਕੇਸ ਪਵਾਏ ਨੇ ਬਈ ਆਖੀ ਮੈਂ ਵਾਲੀ ਨੂੰ ਵੀ ਦੱਸਿਆ ਵੀ ਮੇਰੇ ਤੇ ਹੁਣ 751 ਦਾ ਪਰਚਾ ਪਾਉਣ ਵਾਲਿਆ ਇਹ ਵੀ ਇਹਦਾ ਮੇਰਾ ਖਿਆਲ ਬਚਾ ਦੇ ਮੈਨੂੰ ਅੱਛਾ ਫਿਰ ਕੀ ਉਹਨੇ ਜਵਾਬ ਦਿੱਤਾ ਉਹ ਮੈਨੂੰ ਕਹਿੰਦਾ ਨਹੀਂ ਪਾਊਗਾ ਲੇਕਿਨ ਉਹ ਵੀ ਪਿਆ ਮੇਰੇ ਕੋਲ ਮੈਂ ਸਬੂਤ ਦੇ ਸਕਦਾ ਹਾਂ ਹਾਂ ਠੀਕ ਹੈ ਹਾਂ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਸੀ ਵੀ ਜਿਹੜਾ ਚਿੱਟਾ ਇਹ ਨੂੰ ਜਰਦੇ ਦੇ ਤਰ੍ਹਾਂ ਵਿੱਚ ਆ ਗਿਆ ਕੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੱਸਦਾ ਨਹੀਂ ਸੀ ਇਹ ਜਾਂ ਇਹਨਾਂ ਨੂੰ ਦੱਸਦਾ ਨਹੀਂ ਜਿਹਨਾਂ ਦੀ ਗਵਰਨਮੈਂਟ ਜੋ ਚਲਾਉਂਦੇ ਆ ਇਹਨਾਂ ਸਾਡੀ ਜਵਾਨੀ ਨੂੰ ਇਹਨਾਂ ਨੇ ਰੋਲਿਆ ਸ਼ਰਿਆਂ 'ਵਾਂ ਰੋਲਿਆ ਜੀ ਚਿੱਟੇ ਨੂੰ ਆ ਜਿਹੜਾ ਆਮ ਕਹਿੰਦੇ ਪੋਸਟਪਾਸਟਾ ਤਾਂ ਬਜ਼ੁਰਗ ਕਹਿੰਦੇ ਸੀ ਪਹਿਲਾਂ ਆ ਚਿੱਟਾ ਸ਼ਰਿਆਂ 'ਵਾਂ ਬੈਕਦਾ ਜੀ ਸ਼ਰ ਇਹਨੇ ਇਹਨੂੰ ਕਿਉਂ ਨਹੀਂ ਫੜਦੇ ਕਿਉਂ ਨਹੀਂ ਪਰਚੇ ਦਿੰਦੇ ਇਹ ਦੱਸਦਾ ਨਹੀਂ ਜੀ ਇਹਨਾਂ ਨੂੰ ਹਾਂਜੀ ਜ਼ਰੂਰ ਜੀ ਇਹ ਜਿਹੜਾ ਅੱਜ ਜਿਹੜਾ ਇੱਕ ਆਪੀ ਪਾਰਕ ਲੋਕਾਂ ਦਾ ਜਿਹੜਾ ਇਕੱਠ ਇਹ ਉਹਦਾ ਰਿਜ਼ਲਟ ਹੈ ਜੀ ਇਹ ਤਬਦੀਲੀ ਹੋਣੀ ਚਾਹੀਦੀ ਹੈ ਜੀ ਇਹ ਤਾਂ ਬਿਲਕੁਲ ਤਬਦੀਲੀ 70 ਸਾਲ ਜੋ ਅਸੀਂ ਨਰਕ ਭੋਗ ਗਿਆ ਜੀ ਹਾਂਜੀ ਸਭ ਤੋਂ ਸਾਡੇ ਦਰਹਿਤ ਦੇ ਬਰੁੰਦਰ ਹੋਏ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਔਰ ਅਸੀਂ ਉਸ ਦੇ ਰੋਸ ਸੜਕਾਂ ਦੇ ਉੱਤੇ ਵਿੱਚ ਬੈਠੇ ਸਾਡਾ ਸਿੱਖ ਭਾਈਚਾਰਾ ਸਾਨੂੰ ਰੋਸ ਵੀ ਨਹੀਂ ਕਰਨ ਦਿੱਤਾ ਗਿਆ ਸਾਡੇ ਸਿੱਖ ਨੌਜਵਾਨਾਂ ਦੇ ਸਾਡੇ ਵੀਰਾਂ ਜੋ ਗੋਲੀਆਂ ਮਾਰੀਆਂ ਗਈਆਂ ਸਭ ਤੋਂ ਵੱਡਾ ਸਾਨੂੰ ਦੁੱਖ ਉਸ ਚੀਜ਼ ਨੂੰ ਲੈ ਕੇ ਸਾਨੂੰ ਮਤਲਬ ਰੋਸ ਵੀ ਨਹੀਂ ਕਰਨ ਦਿੱਤਾ ਗਿਆ ਸੰਤਾਂ ਤੇ ਸੰਤਾਂ ਤੇ ਹਮਲਾ ਹੋਇਆ ਜੀ ਬਾਦਲ ਸਾਹਿਬ ਨੂੰ ਬੇਨਤੀ ਕੀਤੀ ਸੀ सीबीआई ਜਾਂਚ ਹੋਣੀ ਚਾਹੀਦੀ ਹੈ ਕਹਿੰਦਾ ਕੋਈ ਜ਼ਰੂਰਤ ਨਹੀਂ 4 ਕਿਲੋਮੀਟਰ ਦੜਾ ਦੜਾ ਕੇ ਗੋਲੀਆਂ ਮਾਰੀਆਂ ਸ਼ਰਿਆਮ ਕਹਿੰਦੇ ਹਣ ਵੀ ਇਹਨਾਂ ਨੂੰ ਦੱਸਦਾ ਨਹੀਂਗਾ ਜੀ ਲਓ ਜੀ ਰਿਸਰਚਰ ਹਾਂ ਸਾਡੇ ਪਾਸ ਆਪ ਜੀ ਦਾ ਨਾਮ ਮੈਂ ਡਾਕਟਰ ਸੁਰਜੀਤ ਸਿੰਘ ਜੀ ਪੀ ਐਚ ੜੀ ਰਿਸਰਚ ਕਰਾ ਰਿਹਾ ਲੋਕਾਂ ਨੂੰ ਮੈਂ ਜਗ੍ਹਾ ਜਗ੍ਹਾ ਸੰਗਰੂਰ ਦੇਖਿਆ ਅੱਛਾ ਜੀ ਗੁਰਪ੍ਰਸਾਦ ਨਾਲ ਗੱਲ ਕੀਤੀ ਬਠਿੰਡੇ ਦੇਖਿਆ ਲੁਧਿਆਣਾ ਦੇਖਿਆ ਇੱਥੇ ਦੇਖਿਆ ਸਾਰੇ ਜਗ੍ਹਾ ਮੈਂ ਤਾਂ ਕੋਈ ਬੰਦਾ ਸੁਣਿਆ ਨਹੀਂ ਇਨ ਸਪੀਕਿੰਗ ਇਨ ਫੇਵਰ ਆਫ ਬਾਰਲਸ ਸਾਰੇ ਡੈਡਲੀ ਅਗੇਂਸਟ ਵਿੰਡਸ ਆਰ ਬਲੋਇੰਗ ਇਨ ਫੇਵਰ ਆਫ ਆਪ ਪਾਰਟੀ एवरीवेयर एवरीवेयर अच्छा एक मैं देखा कि इस जमात इस पार्टी ਦੇ ਨਾਲ ਉਹ ਜਮਾਤਾਂ ਰਲੀਆਂ ਜਿਹੜੀਆਂ ਕਿ ਪੜੀਆਂ ਲਿਖੀਆਂ ਜਾਂ ਉਹ ਰੈਗੂਲੇਸ਼ਨਰੀ ਸੋਚ ਰੱਖਦੇ ਹਨ ਉਹ ਉਹ ਲੋਕ ਹਨ ਤੇ ਜਿਹੜੇ ਅਜੇ ਤੱਕ ਇਨ ਇਸ ਪਾਰਟੀ ਦੇ ਨਾਲ ਨਹੀਂ ਜੁੜੇ ਉਹਦਾ ਕੀ ਕਾਰਨ ਹੈ ਉਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿੰਦਾ ਪਰ ਮੋਸਟ ਆਫ ਦਾ এডਿਕੇਟਿਡ ਪੀਪਲ ਆਰ ਵਿਦ ਦਾ ਆਪ ਹਾਂਜੀ ਆਰ ਵਿਦ ਦਾ ਆਪ yes yes ਇਫ ਸਮ ਪੀਪਲ ਹੈਵ ਨਾਟ ਐਸੋਸੀਏਟਿਡ ਥੈਮਸੈਲਵਜ਼ ਵਿਦ ਥਿਸ ਪਾਰਟੀ ਦੇ ਮਾਈਟ ਬੀ ਹੈਵਿੰਗ देयर ਓਨ ਰੀਜਨਸ ਬਟ ਮੈਜੋਰਟੀ ਆਫ ਦਾ ਪੀਪਲ 90% ਆਫ ਦਾ এডਿਕੇਟਿਡ ਪੀਪਲ ਆਰ ਵਿਦ ਦਾ ਆਪ ਪਾਰਟੀ ਦੇ ਅੰਡਰਸਟੈਂਡ ਵਟ ਹੈਸ ਬੀਨ ਹੈਪਨਿੰਗ ਐਂਡ ਵਟ ਹੈਵ ਬੀਨ ਦਾ ਰਿਜ਼ਲਟਸ ਯਾ ਮੈਂ ਆਪਕੀ ਨੂੰ ਦੱਸਣਾ ਚਾਹੁੰਦਾ ਕਿ ਲੋਕ ਉਹ ਹਨ ਜਿਹੜੇ ਕਿ ਆਪਣੇ ਆਪ ਸਟੈਂਡ ਕਰਦੇ ਹਨ ਇਹਨਾਂ ਦੀ ਬੈਕਗ੍ਰਾਉਂਡ ਚੰਗੀ ਹੈ ਜਿਨ੍ਹਾਂ ਨੂੰ ਕੱਲ ਨੂੰ ਕੋਈ ਜੇਕਰ ਸਰਕਾਰ ਜਾਂ ਸ਼ਾਸਨ ਪ੍ਰੋਬਲਮ ਦਿੰਦਾ ਹੈ ਤੇ ਇਹ ਲੜ ਸਕਦੇ ਹਨ ਜਿਹੜਾ ਇੱਕ ਗਰੀਬ ਤਬਕਾ ਹੈ ਉਹ ਚੁੱਪ ਕਰਕੇ ਬੈਠਾ ਹੈ ਉਹਨਾਂ ਨੂੰ ਸਮਝ ਹੈ ਕਿ ਜੇਕਰ ਕੱਲ ਨੂੰ ਕੋਈ ਗੱਲਬਾਤ ਅਭੀ ਨਵੀਂ ਹੁੰਦੀ ਹੈ ਤੇ ਅਸੀਂ ਪੋਲੀਟੀਸ਼ੀਅਨ ਤੋਂ ਮਦਦ ਲੈ ਸਕਦੇ ਹਾਂ ਇਸ ਕਰਕੇ ਉਹ ਕਿਸੇ ਦੇ ਵੀ ਫੇਵਰ ਦੇ ਵਿੱਚ ਓਪਨਲੀ ਨਹੀਂ ਆ ਰਹੇ ਲੇਕਿਨ ਉਹਨਾਂ ਦੇ ਮਨਾਂ ਦੇ ਵਿੱਚ ਕੀ ਹੈ ਉਹ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਉਹਨਾਂ ਤੋਂ ਜਾਣਨ ਦੀ ਔਰ ਉਹ ਚੁੱਪ ਹਨ ਤੇ ਕਈ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਉਹਦੇ ਚੋਂ ਤੁਹਾਨੂੰ ਰਿਫਲੈਕਸ਼ਨ ਮਿਲ ਜਾਂਦਾ ਹੈ ਤੁਹਾਨੂੰ ਉਹਦੀ ਸੂਝ-ਬੂਝ ਮਿਲ ਜਾਂਦੀ ਹੈ ਕਿ ਉਹ ਕਿਦਰ ਨੂੰ ਵੋਟ ਕਰਨਗੇ ਸੋ ਮੈਂ ਸਰਦਾਰ ਸਾਹਿਬ ਤੁਹਾਡੇ ਨਾਲ ਵੀ ਗੱਲ ਕਰਨੀ ਚਾਹੁੰਦਾ ਹਾਂ ਤੁਸੀਂ ਕਿਸੇ ਜੌਬ ਤੋਂ ਰਟਾਏ ਹੋ ਜਾਂ ਤੁਸੀਂ ਬਾਹਰੋਂ ਆਏ ਹੋ ਤਾਂ ਤੁਸੀਂ ਦੱਸੋਗੇ ਆਪਣੇ ਬਾਰੇ ਥੋੜਾ ਜਿਹਾ ਕੁਝ ਮੈਂ ਤਾਂ ਬਾਰੋ ਕੈਨੇਡਾ ਤੋਂ ਆਇਆ ਹਾਂ ਜੀ ਅੱਛਾ ਕਿਹੜੇ ਇਲਾਕੇ ਚੋਂ ਮੈਂ ਐਡਮਿੰਟਨ ਤੋਂ ਆਇਆ ਹਾਂ ਐਡਮਿੰਟਨ ਤੋਂ ਵੈਸੇ ਹੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਆਉਂਦੇ ਹੋ ਜਾਂ ਪਾਰਟਿਕੂਲਰ ਤੁਸੀਂ ਆਏ ਸਾਡੇ ਉੱਥੇ ਚਲੋ ਪੰਜਾਬ ਦੀ ਮਹਿੰਮ ਚੱਲ ਰਹੀ ਆ ਹਾਂਜੀ ਰੈਲੀਆਂ ਕੀਤੀਆਂ ਜਾ ਰਹੀਆਂ ਪੰਜਾਬ ਨੂੰ ਬਦਲੋ ਹਾਂਜੀ ਜਿਨਨੇ ਸਿਸਟਮ ਤੋਂ ਦੁਖੀ ਹੋ ਕੇ ਲੋਕ ਉੱਥੇ ਗਏ ਆ ਵਰਕ ਕਲਚਰ ਨਾਲ ਜੁੜੇ ਆ ਉਹ ਚਾਹੁੰਦੇ ਵੀ ਸਾਡਾ ਪੰਜਾਬ ਵੀ ਇਹੋ ਜਿਹਾ ਹੋਵੇ ਠੀਕ ਹੈ ਸਟੂਡੈਂਟਸ ਮਾਪਿਆਂ ਦੇ 20-20 ਲੱਖ ਰੁਪਏ ਲਾ ਕੇ ਸਟੱਡੀ ਬੇਸ ਤੇ ਗਏ ਆ ਤੁਸੀਂ ਇੱਥੋਂ ਦੇ ਸਿੱਟੀ ਜਾਨੋ ਜਾਂ ਉੱਥੋਂ ਦੇ ਸਿੱਟੀ ਜੀ ਮੈਂ ਤਾਂ ਉੱਥੋਂ ਦਾ ਪੀਆਰ ਆ ਸੋ ਇੱਥੇ ਤੁਸੀਂ ਵੋਟ ਕ ਬਣਾਈ ਹੈ ਵੋਟ ਹੈ ਮੇਰੀ ਤੇ ਹੈਗੀ ਹੈ ਵੋਟ ਅੱਛਾ ਬਹੁਤ ਸਾਰੇ ਜਿਹੜੇ ਉੱਥੋਂ ਉੱਥੋਂ ਲੋਕੀ ਇੱਥੇ ਆਏ ਹਨ ਉਹਨਾਂ ਦੀਆਂ ਵੋਟਾਂ ਨਹੀਂ ਹਨ ਜੇਕਰ ਆਪਾਂ ਕੈਨੇਡਾ ਦੀ ਗੱਲ ਕਰੀਏ 6 ਤੋਂ 6.5 ਲੱਖ ਕੈਨੇਡਾ ਦੇ ਵਿੱਚ ਪੰਜਾਬੀ ਰਹਿ ਰਹੇ ਹਨ ਤੇ ਉਹਨਾਂ ਚੋਂ ਮੈਨੂੰ ਨਹੀਂ ਜਾਪਦਾ ਬਹੁਤ ਸਾਰਿਆਂ ਦੀਆਂ ਵੋਟਾਂ ਹਣਗੀਆਂ ਸਾਰੀਆਂ ਵੋਟਾਂ 180 ਕ ਬਣੀਆਂ ਹਨ ਵੋਟਰਾਂ ਦਾ ਕਾਰਨ ਕੀ ਹੋਇਆ ਕੱਟੀਆਂ ਗਈਆਂ ਜਾਂ ਸਿਟੀਜ਼ਨਸ਼ਿਪ ਲਈ ਗਈਆਂ ਨੇ ਡਿਊ ਸਿਟੀਜ਼ਨਸ਼ਿਪ ਹੈ ਨਹੀਂ ਜਦੋਂ ਸਿਟੀਜ਼ਨਸ਼ਿਪ ਹੋ ਜਾ ਫਿਰ ਵੋਟ ਕੱਟੀ ਜਾਂਦੀ ਹੈ ਇਸ ਕਰਕੇ ਬਾਕੀ ਪਹਿਲਾਂ ਇੰਨੇ ਕਿਸੇ ਨੂੰ ਦਿਲਚਸਪੀ ਵੀ ਨਹੀਂ ਸੀ ਵੋਟ ਪਾਉਣ ਦੀ ਜਦੋਂ ਦਾ ਲਹਿਰ ਬਾਹਰਲੇ ਆਉਦੇ ਪੰਜਾਬ ਨੂੰ ਹੱਸਦਾ ਵਸਦਾ ਵੇਖਣਾ ਚਾਹੁੰਦੇ ਆ ਥੈਂਕ ਯੂ ਜੀ ਇਥੋਂ ਨਸ਼ਿਆਂ ਦੀ ਪੜਾਈ ਤੋਂ ਸਿਸਟਮ ਤੋਂ ਬੜੇ ਦੁਖੀ ਆ ਉਹ ਚਾਹੁੰਦੇ ਆ ਵੀ ਸਾਡਾ ਪੰਜਾਬੀ ਉੱਥੇ ਦਾ ਮਿਹਨਤ ਕਰਕੇ ਇੰਨਾ ਕਾਮਯਾਬ ਆ ਐਗਜ਼ੈਕਟਲੀ ਇੱਥੇ ਕਿਉਂ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਜੀ ਇਥੇ ਐਨ ਆਰ ਆਈਜ਼ ਦਾ ਜਿਹੜਾ ਹੈ ਨਾ ਇਹ ਕ੍ਰੇਜ਼ ਹੈ ਐਨਆਰ ਚਾਹੁੰਦਾ ਵੀ ਇੱਥੋਂ ਦੀ ਜਵਾਨੀ ਨੂੰ ਬਚਾਇਆ ਜਾਵੇ ਪੰਜਾਬ ਹੱਸਦਾ ਬਸਦਾ ਹੋਵੇ ਇੱਕ ਨੰਬਰ ਦੀ ਸਟੇਟ ਹੋਵੇ ਜੀ ਜੀ ਔਰ ਇੱਥੇ ਪੜ੍ਹੇ ਲਿਖੇ ਜਿਹੜੇ ਇਮਾਨਦਾਰ ਆਦਮੀ ਆ ਉਹ ਆਗੂ ਆ ਅੱਗੇ ਹੋ ਨੋਬਾਡੀ ਸਪੀਕਸ ਬਸ ਲਓ ਜੀ ਅਸੀਂ ਥੈਂਕ ਯੂ ਜੀ ਬਹੁਤ ਮਿਹਰਬਾਨੀ ਧੰਨਵਾਦ ਜੀ ਧੰਨਵਾਦ ਜੀ ਜੀ ਵਿਕਾਰੀ ਮਲਾਜ਼ਮ ਉਹ ਨਹੀਂ ਬੋਲ ਕੇ ਖੁਸ਼ ਪਰ ਹਾਂਜੀ ਲਓ ਜੀ ਅਸੀਂ ਥੋੜੀ ਜੀ ਸਰਦਾਰ ਸਾਹਿਬ ਤੁਸੀਂ ਪਲੀਜ਼ ਜੇਕਰ ਆਓ ਗੱਲਬਾਤ ਦੇ ਵਿੱਚ ਪਾਰਟਿਸਪੇਟ ਕਰੋ ਬਹੁਤ ਮਿਹਰਬਾਨੀ ਹੋਊਗੀ ਨਹੀਂ ਹਾਂਜੀ ਹਾਂਜੀ ਅੱਛਾ ਜੀ ਥੋੜੀ ਜੀ ਆਪਾਂ ਵਿਚਾਰ ਕਰੀਏ ਕਿ ਜਿਹੜਾ ਇੱਥੇ ਆਮ ਗਰੀਬ ਤਬਕਾ ਹੈ ਉਹ ਕੀ ਸੋਚ ਰਿਹਾ ਹੈ ਆਮ ਆਦਮੀ ਪਾਰਟੀ ਬਾਰੇ ਗਰੀਬ ਤਰਕਾ ਜੀ ਪਹਿਲਾਂ ਤੋਂ ਇਹਨਾਂ ਨੇ ਐਨਾ ਉਹਨੂੰ ਰੱਖਿਆ ਗਰੀਬ ਨੂੰ ਕਰਕੇ ਕਿਤੇ ਆਟਾ ਦਾਲ ਦੇ ਤਾਂ ਘਟੀਆਂ ਤੋਂ ਘਟੀਆਂ ਖਾਣਾ ਦਿੰਦੇ ਆ ਉਹਨੂੰ ਜਿਹੜੀ ਥਾਣ ਵਾਲੀ ਨਹੀਂ ਹੁੰਦੀ ਸਿਰਫ ਨਾਂ ਦਾ ਹੀ ਆ ਵੀ ਆਟਾ ਦਾਲ ਜਾਂ ਕਾਰਡ ਬਣਾਤੇ ਉਹ ਕਾਰਡ ਲੋਕਲ ਜਾ ਕੇ ਦਿਖਾਉਂਦੇ ਆ ਜਦੋਂ ਮਿਲਦਾ ਉੱਥੇ ਕੁਝ ਨਹੀਂ ਹੈਗਾ ਜੀ 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 ਤੇ ਉਹਨੂੰ ਗਰੀਬਾਂ ਨੂੰ ਤਾਂ ਹੁਣ ਤਾਂ ਗਰੀਬ ਤਬਾ ਦੱਬੇ ਬੈਠੇ ਆ ਉਹ ਤਾਂ ਇਹ ਸੋਚਦੇ ਵੀ ਕਿਹੜਾ ਵੇਲਾ ਆਵੇ ਤੇ ਝਾੜੂ ਨਾਲ ਝਾੜੂ ਲਾਤੀਏ ਇਹਨਾਂ ਸੋ ਇੱਥੇ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਰੈਗੂਲੇਸ਼ਨ ਆ ਚੁੱਕਾ ਹੈ ਜਾਂ ਅਜੇ ਆਉਣ ਵਾਲਾ ਹੈ ਜਾਂ ਜੇਕਰ ਨਾ ਆਇਆ ਤੇ ਫੇਰ ਕੀ ਹੋਊਗਾ ਨਾ ਆਲੀ ਦਾ ਕੋਈ ਪਨੋਸਾ ਲੱਗਦਾ ਹੀ ਨਹੀਂ ਹੈ ਵੀ ਨਾ ਆਲੀ ਦਾ ਕੋਈ ਗੱਲਬਾਤ ਹੈ ਰੈਗੂਲੇਸ਼ਨ ਤਾਂ ਆਇਆ ਹੋਇਆ ਹੈ ਲੋਕ ਅੰਦਰੋਂ ਅੰਦਰੀ ਦਾ ਇੰਨੇ ਇਨਾਂ ਤੋਂ ਦੁਖੀ ਆ ਕਿ ਬੱਚੇ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਤੁਸੀਂ ਵਰੇਗ ਪਿੰਡ ਦੇ ਵਿੱਚ ਦੇਖੋਗੇ ਪੰਜ ਚਾਰ ਘਰ ਇੰਨੇ ਦੁਖੀ ਆ ਜਿਹਦੇ ਬੱਚੇ ਬਾਹਰ ਨਿਕਲ ਜੋਗੇ ਨਹੀਂ ਮੰਜਿਆਂ ਤੇ ਪਏ ਆ ਕੋਈ ਹਰੇਕ ਪਿੰਡ ਦੇ ਵਿੱਚ ਪੰਜ ਪੰਜ ਚਾਰ ਚਾਰ ਮੋਤਾਂ ਹੋਈਆਂ ਇੰਨਾ ਇਨਾਂ ਨੇ ਨਸ਼ਾ ਖੋਇਆ ਆ ਬੁਰਾ ਹਾਲ ਕਰਤਾ ਇਹ ਲੋਕਾਂ ਦਾ ਅ ਕਿਸੇ ਵੇਲੇ ਜਦੋਂ ਵੇਖੀ ਤਾਂ ਕਿ ਇੱਕ ਪਿੰਡ ਦੇ ਵਿੱਚ ਦੋ ਤਿੰਨ ਮਰੇ ਜਾਂ ਚਾਰ ਪੰਜ ਮਰੇ ਇਲਾਕੇ ਦੇ ਵਿੱਚ ਡਰੱਗ ਦੇ ਨਾਲ ਉਦੋਂ ਜਿਹੜਾ ਡਾਟਾ ਹੁੰਦਾ ਬਹੁਤ ਛੋਟਾ ਹੁੰਦਾ ਜਦੋਂ ਅਸੀਂ ਸਾਰੀ ਪੰਜਾਬ ਦੀ ਗੱਲ ਕਰਦੇ ਆ ਕਿ 12500 ਤੇ ਕੁਝ ਪਿੰਡ ਹਨ ਜੇਕਰ ਐਵਰੇਜ ਅਸੀਂ ਕਿਸੇ ਪਿੰਡ ਦੀ ਐਵਰੇਜ ਲਾ ਲਈਏ ਤਿੰਨ ਲਾ ਲਈਏ ਮਤਲਬ ਕਿ 36 ਤੋਂ 40000 ਨੌਜਵਾਨ ਇਸ ਡਰੱਗ ਦੇ ਨਾਲ ਮਰ ਚੁੱਕਾ ਹੈ ਉਦਾਂ ਜੇਕਰ ਕਹੀਏ ਬੜਾ ਛੋਟਾ ਨੰਬਰ ਲਾਦਾ ਕਿ ਇਸ ਇਲਾਕੇ ਦੇ ਵਿੱਚ ਤਿੰਨ ਚਾਰ ਹੀ ਜਾਂ ਇਸ ਪਿੰਡ ਦੇ ਵਿੱਚ ਇੱਕ ਵੀ ਮਰ ਜਾਣਾ ਮਾੜੀ ਗੱਲ ਹੈ ਉਸ ਪਰਿਵਾਰ ਲਈ ਬਹੁਤ ਹੀ ਮੰਦਭਾਗੀ ਘਟਨਾ ਹੁੰਦੀ ਹੈ ਇੱਕ ਹੋਰ ਇਸ਼ੂ ਹੈ ਕਿ ਅੱਜ ਕੱਲ ਬੱਚੇ ਘਰਾਂ ਦੇ ਵਿੱਚ ਇੱਕ ਜਾਂ ਦੋ ਹੀ ਹਨ ਤੇ ਜਿਸ ਘਰ ਦਾ ਲੜਕਾ ਅੱਖ ਮੀਟ ਗਿਆ ਤੇ ਉਹਦੇ ਪਿੱਛੇ ਤਾਂ ਚਾਰ ਜਿਹੜੇ ਬੱਚੇ ਹੁੰਦੇ ਹਨ ਮਾਪੇ ਉਹਦੀ ਭੈਣ ਜਾਂ ਉਹਨਾਂ ਚੋਂ ਹੋਰ ਕੋਈ ਉਹ ਬੱਚੇ ਨੂੰ ਪਿਆਰ ਕਰਨ ਵਾਲਾ ਉਹ ਵੀ ਇੱਕ ਤਰ੍ਹਾਂ ਦੇ ਬੈੱਡ ਤੇ ਪੈ ਜਾਂਦੇ ਹਨ ਉਹ ਵੀ ਮਰਨਾਊ ਹੋ ਜਾਂਦੇ ਹਨ ਸੋ ਇੱਕ ਨੌਜਵਾਨ ਮਰਨ ਦੇ ਨਾਲ ਇੱਕ ਹੀ ਨਹੀਂ ਮਰਦਾ ਤੈਂ ਚਾਰ ਹੋਰ ਮਾਰਦੇ ਹਨ ਸੋ ਜੇਕਰ ਉਸ ਦੀ ਤੁਸੀਂ ਗਿਣਤੀ ਕਰ ਲੋ ਤੇ ਲੱਖਾਂ ਹੋ ਜਾਂਦੀ ਹੈ ਸੋ ਇਹ ਜਿਹੜੀ ਵੇਵ ਚੱਲੀ ਬੜੀ ਮੰਦ ਭਾਗੀ ਵੇਵ ਸੀ ਤੁਹਾਨੂੰ ਯਾਦ ਹੋਏਗਾ ਕਿ ਲਗਭਗ 2006 ਤੋਂ ਬਾਅਦ ਮੈਂ ਇੱਕ ਡਾਕੂਮੈਂਟਰੀ ਬਣਾਈ ਸੀ ਜਿਹੜੀ ਕਿ ਬੜੀ ਵਾਇਰਲ ਹੋਈ ਸੀ ਉਸ ਟਾਈਮ ਤੇ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਡਰੱਗ ਐਸ ਵੇਲੇ ਇਸ ਪੱਧਰ ਤੇ ਚੱਲ ਰਹੀ ਹੈ ਲੇਕਿਨ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਲੋਕਾਂ ਨੇ ਆਪੋ ਆਪਣੇ ਆਧਾਰ ਆਪੋ ਆਪਣੀ ਸੋਚ ਦੇ ਨਾਲ ਸੋਚਿਆ ਔਰ ਵੱਡੀ ਗਿਣਤੀ ਵਿੱਚ ਇਹਦੀ ਆਵਾਜ਼ ਉਠਾਈ ਸੋ ਅੱਜ ਇਹ ਆਵਾਜ਼ ਜਿਹੜੀ ਆ ਇੱਕ ਨਵੀਂ ਪਾਰਟੀ ਨੂੰ ਜਿਹੜੀ ਹੋਂਦ ਦੇ ਵਿੱਚ ਲੈ ਕੇ ਆਈ ਹੈ ਤੇ ਉਹ ਪਾਰਟੀ ਜਿਹੜੀ ਕਿ ਆਮ ਆਦਮੀ ਪਾਰਟੀ ਹੈ ਦਿੱਲੀ ਚ ਇਹਨਾਂ ਦਾ ਰਾਜ ਚੱਲ ਰਿਹਾ ਹੈ ਜੇਕਰ ਇਹ ਪੰਜਾਬ ਚ ਰਾਜ ਆ ਜਾਂਦਾ ਹੈ ਤੇ ਨਾਲ ਦੀ ਨਾਲ ਗੁਆਚ ਆ ਜਾਂਦਾ ਹੈ ਤੇ ਮਿਸਟਰ ਕੇਜਰੀਵਾਲ ਇੱਕ ਦਿਨ ਕਹਿ ਜਾ ਸਕਦੇ ਹਨ ਕਿ ਭਾਰਤ ਦੇ ਜਿਹੜੇ ਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੋ ਸਕਦੇ ਹਨ ਕਿਉਂਕਿ ਸਟੈਪ ਬਾਈ ਸਟੈਪ ਇਹ ਅੱਗੇ ਵਧ ਰਹੇ ਹਨ ਤੇ ਜੇਕਰ ਇਹਨਾਂ ਦੇ ਕਾਰਕੁਨ ਇਹਨਾਂ ਦੇ ਜਿਹੜੇ ਸਪੋਰਟਰ ਹਨ ਸੁਹਿਰਦਤਾ ਦੇ ਨਾਲ ਕੰਮ ਕਰਦੇ ਰਹੇ no doubt ਇੱਕ ਨਵਾਂ ਸਮਾਜ ਰਚਿਆ ਜਾਏਗਾ ਮੈਨੂੰ ਇਦਾਂ ਲੱਗਦਾ ਹੈ ਜੇਕਰ ਇਹ ਅੱਗੇ ਆਉਂਦੇ ਹਨ ਤੇ ਇਹ ਸਪੋਰਟਰ ਜਿਹੜੇ ਹਨ ਇਹ ਸੋਸ਼ਲ ਵਰਕ ਦੇ ਤੌਰ ਤੇ ਸੋਸ਼ਲ ਵਰਕਰ ਕੰਮ ਕਰਨਗੇ ਤੇ ਇੱਕ ਸੇਧ ਦੇਣਗੇ ਤੇ ਨਾਲ ਦੀ ਨਾਲ ਹਰ ਇੱਕ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝੇਗਾ। ਇਸ ਵੇਲੇ ਇਸ਼ੂ ਇਹ ਹੈ ਕਿ ਕੋਈ ਵੀ ਵਿਅਕਤੀ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਹਾ। ਜੇਕਰ ਉਹਨਾਂ ਦੇ ਘਰ ਦੇ ਅੱਗੇ ਨਾਲੀ ਹੈ ਤੇ ਨਾਲੀ ਨੂੰ ਨਹੀਂ ਉਹ ਸਾਫ਼ ਕਰ ਰਹੇ। ਜੇਕਰ ਕੋਈ ਪਿੰਡ ਦੇ ਵਿੱਚ ਭੁਰੀਾਈ ਹੈ ਉਹ ਕੰਨਾ ਕੇ ਸਲਵਟ ਲੈਂਦੇ ਹਨ ਉਹਦੀ ਗੱਲ ਨਹੀਂ ਕਰ ਰਿਹਾ। ਲੇਕਿਨ ਇਹ ਪਾਰਟੀ ਦੀ ਜਿੱਤ ਹੋਣ ਤੋਂ ਬਾਅਦ ਮੈਨੂੰ ਇਦਾਂ ਲੱਗਦਾ ਕਿ ਇੱਕ ਅਵੇਅਰਨੈਸ ਇਹ ਆਏਗੀ ਲੋਕਾਂ ਦੇ ਵਿੱਚ ਹਰ ਕੋਈ ਆਪੋ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਪਿੰਡਾਂ ਦੇ ਵਿੱਚ ਆਪੋ ਆਪਣੀਆਂ ਗਲੀਆਂ ਆਪਣੇ ਮੁਹੱਲੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤियां ਹਨ ਉਹਦੇ ਤੇ ਇੱਕ ਆਵਾਜ਼ ਉਠਾਇਆ ਕਰਨਗੇ ਜੇਕਰ ਅਜਿਹੀ ਸੋਚ ਸਾਰਿਆਂ ਦੇ ਵਿੱਚ ਆ ਜਾਏਗੀ ਤੇ ਸਮਾਜ ਬਦਲ ਜਾਏਗਾ ਤੇ ਜੇਕਰ ਇਹ ਨਾ ਤਬਦੀਲੀ ਆਈ ਤੇ ਫਿਰ ਇਸ ਪੰਜਾਬ ਦਾ ਰੱਬ ਹੀ ਰੱਖਾ ਹੋਵੇਗਾ ਕੁਝ ਹੋਰ ਕਹਿਣਾ ਚਾਹੁੰਦੇ ਹੋ ਤੁਸੀਂ ਹੋਰ ਤਾਂ ਤੁਸੀਂ ਦੇਖਦੇ ਹੀ ਐਂ ਬਸ ਕਹਿਣ ਦਾ ਕੀ ਆ ਬਹੁਤ ਬੁਰਾ ਹਾਲ ਇਹਨਾਂ ਨੇ ਕੀਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਅਰਦਾਸ ਕਰੀਏ ਸਾਰੇ ਜਾਣੇ ਪੰਜਾਬ ਲਈ ਮੂਰੇ ਹਾਂ ਜੀ ਕਿ ਮਹਾਰਾਜਾ ਕਿਰਪਾ ਕਰਨ ਕਿ ਆਵਾਜ਼ਮੰਮੀ ਪਾਰਟੀ ਦੀ ਜਿੱਤ ਹੋਵੇ ਤੇ ਵਧੀਆ ਰਾਜ ਸੁਥਰਾ ਰਾਜ ਆਵੇ ਤੇ ਲੋਕਾਂ ਦਾ ਖਿਹੜਾ ਛੁੱਟੇ ਨਸ਼ੇ ਪੱਤੇਆਂ ਤੋਂ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜੀ ਚੈਨਲਸ ਨਹੀਂ ਦਿਆ ਟੀਚਿੰਗ ਪੀਪਲ ਹਾਊ ਟੂ ਟੈਲ ਲਾਈਜ਼ ਜੀ ਹਾਂਜੀ ਹਾਊ ਟੂ ਸਪਰੈਡ ਫਾਸਟ ਸ਼ੁੱਡ ਹਾਂਜੀ ਇਹ ਜੀ ਪੋਲੀਟੀਸ਼ੀਨ ਤੋਂ ਹੀ ਚੱਲਿਆ ਕੰਮ ਹਾਂ ਤਾਂ ਪਰਪਸ ਇਜ਼ ਟੂ ਕਲੈਕਟ ਬੋਟਸ ਹਾਂਜੀ ਲੋ ਜੀ ਜਿੱਦਾਂ ਆਪਾਂ ਕਿਹਾ ਅਰਦਾਸ ਕਰੀਏ ਦਿਨ ਰਹਿ ਗਏ 2-3 ਹੀ ਪੰਜਾਬ ਨੂੰ ਗੁਰੂਆਂ ਦੀ ਧਰਤੀ ਨੂੰ ਜੇਕਰ ਬਚਾਉਣਾ ਹੈ ਤੇ ਹੁਣ ਮਹਾਰਾਜ ਲੋਕਾਂ ਦੇ ਮਨਾਂ 'ਚ ਵਸ ਕੇ ਇੱਕ ਨਵੀਂ ਤਬਦੀਲੀ ਸ਼ਾਇਦ ਲਿਆਏਗਾ ਯਾਰ ਦ ਰੂਲਰਸ ਆਰ ਐਥਿਕਲੀ ਡੈਡ ਟੋਟਲੀ ਐਥਿਕਲੀ ਡੈਡ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ